ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ। ਅੱਜ ਅਸੀਂ ਖਾਲਸਾ ਏਡ ਦੇ ਵੱਲੋਂ ਪਿੰਡ ਲੁਹਾਰਾ ਅਤੇ ਜ਼ਿਲ੍ਹਾ ਤਰਨ ਤਾਰਨ ਨਜ਼ਦੀਕ ਇੱਕ ਧਾਰਮਿਕ ਪਿੰਡ ਪੈਂਦਾ ਡੇਰਾ ਸਾਹਿਬ, ਉੱਥੇ ਅਸੀਂ ਅੱਜ ਖੜ੍ਹੇ ਹਾਂ। ਇਸ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਖਾਲਸਾ ਏਡ ਨੂੰ ਅਪਰੋਚ ਕੀਤਾ ਗਿਆ ਸੀ। ਖਾਲਸਾ ਏਡ ਨੂੰ ਇਹ ਬੇਨਤੀ ਕੀਤੀ ਗਈ ਸੀ ਵੀ ਇਸ ਪਿੰਡ ਦੇ ਇੱਕ ਬਜ਼ੁਰਗ ਜਿਹੜੇ ਆਪਣੇ ਚੂਲੇ ਦੀ ਸੱਟ ਲੱਗਣ ਦੇ ਕਾਰਨ ਉਹ ਆਪਦਾ ਕਾਰਜ ਨਹੀਂ ਕਰ ਸਕਦੇ, ਉਹਨਾਂ ਦੀ ਜਿਹੜੀ ਘਰਵਾਲੀ ਹੈ ਉਹ ਆਪਦੇ ਜਿਹੜਾ ਦਿਹਾੜੀ ਕਰਕੇ ਅਤੇ ਘਰ ਦੇ ਜਿਹੜੇ ਆ ਖਰਚੇ ਆ ਉਹ ਪੂਰੇ ਕਰਦੇ ਆ। ਅਤੇ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਅਸੀਂ ਉਹਨਾਂ ਦੀ ਕੀ ਮਦਦ ਕਰ ਸਕੀਏ, ਅਤੇ ਪਰਿਵਾਰ ਨੇ ਬੇਨਤੀ ਕੀਤੀ ਸੀ ਵੀ ਸਾਡੇ ਕੋਲ ਪੀਣ ਵਾਲੇ ਪਾਣੀ ਦੀ ਬਹੁਤ ਲੰਬੇ ਸਮੇਂ ਤੋਂ ਇੱਕ ਤੰਗੀ ਹੈ ਅਤੇ ਸਾਡੇ ਕੋਲ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਨਹੀਂ ਹੈਗਾ। ਖਾਲਸਾ ਏਡ ਵੱਲੋਂ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਗਈ। ਵੈਰੀਫਿਕੇਸ਼ਨ ਤੋਂ ਬਾਅਦ ਅੱਜ ਇੱਥੇ ਹੋਰ ਜਿਹੜਾ ਅਸੀਂ ਕਰਨਾ ਉਹਦੀ ਆਰੰਭਤਾ ਅਸੀਂ ਕਰ ਦਿੱਤੀ ਹੈ, ਅਤੇ ਇਹ ਅਸੀਂ ਥੋੜ੍ਹੇ ਦਿਨਾਂ ਤੱਕ ਜਿਹੜਾ ਹੈਗਾ ਸੰਪੂਰਨ ਹੋਏਗਾ। ਇੱਥੇ ਮੋਟਰ ਵਾਲਾ ਬੋਰ ਜਿਹੜਾ ਉਹ ਅਸੀਂ ਕਰਾਵਾਂਗੇ। ਇਹ ਸਾਰਾ ਕੁਝ ਸੰਗਤ ਦੇ ਸਹਿਯੋਗ ਦੇ ਨਾਲ ਹੋ ਰਿਹਾ ਅਤੇ ਇਸੇ ਤਰ੍ਹਾਂ ਸੰਗਤ ਸਹਿਯੋਗ ਕਰਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।